ਫਰੀਦਕੋਟ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਗੁਰਦੁਆਰਾ ਸਾਹਿਬ 'ਚ ਚੋਰੀ ਕਰਨ ਆਏ ਨੌਜਵਾਨ ਨੂੰ ਇੱਥੋਂ ਦੀ ਸੰਗਤ ਵੱਲੋਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਪਿਛਲੀ ਖਿੜਕੀ ਖੁੱਲੀ ਹੋਈ ਸੀ ਤੇ ਇੱਕ ਨੌਜਵਾਨ ਚੱਪਲਾਂ ਸਣੇ ਖਿੜਕੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਦਾਖਲ ਹੁੰਦਾ ਨਜ਼ਰ ਆ ਰਿਹਾ, ਜਿਸ ਤੋਂ ਬਾਅਦ ਉਸ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੁਝ ਪੈਸੇ ਚੋਰੀ ਕੀਤੇ ਜਾਂਦੇ ਨੇ। ਉਪਰੋਂ ਚੈੱਕ ਕਰੂਗਾ ਨਾ ਪਹਿਲਾਂ, ਹੁਣ ਵੀ ਥੋੜੀ ਗਾਹ ਕਰਨੀ ਸਾਫ ਦਿਖਣਾ ਵੇਖੀ ਜਦੋਂ ਆਹ ਕੈਮਰੇ ਮਸਾ ਤੇਜ ਕਰ ਲੈਣਾ ਉਧਰ ਇਸ ਮਾਮਲੇ ਚ ਗ੍ਰੰਥੀ ਸਿੰਘ ਨੇ ਦੱਸਿਆ ਕਿ ਨੌਜਵਾਨ ਨਸ਼ੇ ਕਰਨ ਦਾ ਆਦੀ ਹੈ ਤੇ ਉਸ ਵੱਲੋਂ ਪਿਛਲੇ 2 ਦਿਨਾਂ ਤੋਂ ਗੁਰਦੁਆਰਾ ਸਾਹਿਬ 'ਚ ਚੋਰੀ ਕੀਤੀ ਜਾ ਰਹੀ ਸੀ। ਅਖੀਰ ਸੰਗਤ ਵੱਲੋਂ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਇਸ ਦੇ ਨਾਲ ਹੀ ਗ੍ਰੰਥੀ ਸਿੰਘ ਨੇ ਦੱਸਿਆ ਕਿ ਨੌਜਵਾਨ ਵੱਲੋਂ ਕੁਝ ਪੈਸੇ, ਇੱਕ ਕੈਮਰੇ ਸਣੇ 10 ਕੁਇੰਟਲ ਕਣਕ ਚੋਰੀ ਕੀਤੀ ਗਈ ਸੀ। ਮੈਂ ਗੁਰਦੁਆਰੇ ਦਾ ਗ੍ਰੰਥੀ ਸਿੰਘ ਆ, ਇਹਨੇ ਇੱਥੋਂ ਗੁਰਦੁਆਰੇ ਤੋਂ 10 ਕੁਇੰਟਲ ਲਾਣੇ, ਨਾਲ ਇਹਨੇ ਇੱਕ ਕੈਮਰਾ ਲਾ ਕੇ ਖੜਿਆ। ਇਹ ਅੱਜ ਨਹੀਂ, ਇਹਨੇ ਪਹਿਲਾਂ ਇੱਕ ਕੱਲ੍ਹ ਦਿੱਤਾ, ਪਰਸੋਂ ਆਇਆ, ਫਿਰ ਇਹ ਕੱਲ੍ਹ ਆਇਆ ਤੇ ਅੱਜ ਜਦੋਂ ਆਇਆ ਤੇ ਅੱਜ ਖੜਿਆ। ਉਧਰ ਇਸ ਮਾਮਲੇ 'ਚ ਫੜੇ ਗਏ ਨੌਜਵਾਨ ਨੇ ਦੱਸਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਤੇ ਉਸਦੇ ਸਾਥੀ ਨੇ ਨਸ਼ੇ ਦੀਆਂ ਗੋਲੀਆਂ ਕਰਕੇ ਉਸਨੂੰ ਗੁਰਦੁਆਰਾ ਸਾਹਿਬ 'ਚੋਂ ਚੋਰੀ ਕਰਨ ਦੀ ਨਸੀਹਤ ਦਿੱਤੀ ਸੀ। ਦੋ ਦਿਨ ਕੀ ਲੈ ਕਰਦੇ ਨੇ? ਕਣਕ ਖੜੀ ਹੈ, ਪੈਸੇ ਨਹੀਂ ਖੜੇ, ਕੈਮਰਾ ਹੁਣ ਲੱਭ ਲਿਆ, ਹੁਣ ਲੱਭ ਲਿਆ। ਹੁਣ ਪਿੰਡ ਦਾ ਕੌਣ ਬੰਦਾ ਨਾਲ ਤੇਰੇ? ਤੈਨੂੰ ਕਿੱਦਾਂ ਦੱਸਿਆ ਉਹਨਾਂ ਨੇ ਇਸ ਬਾਰੇ, ਗੁਰਦੁਆਰੇ ਬਾਰੇ? ਆਪਾਂ ਜਾਣਾ ਸੀ ਭਾਜੀ, ਹਾਂ ਇਹਨੂੰ ਮੈਂ ਕਹਿਣ ਡਿਆ ਮੈਂ, ਮੈਨੂੰ ਗੋਲੀ ਕਰਦਾ। ਅੱਛਾ, ਉੱਚੀ ਬੋਲ ਮਾਤਾ, ਉੱਚੀ ਬੋਲ, ਉੱਚੀ, ਦੁਬਾਰਾ ਉੱਚੀ। ਗੋਲੀ ਕੱਟੇ ਵਾਸਤੇ ਪੈਸਾ ਨਹੀਂ ਹੈਗਾ ਤੇਰੇ ਕੋਲ, ਤੂੰ ਉਹਨੂੰ ਇਹ ਚਾਹੀਦਾ, ਕਹਿੰਦਾ ਵੀ ਆਹ ਕੰਮ ਕਰ ਲੈ, ਕਣਕ ਕੱਢ ਲਾ, ਉੱਥੇ ਗੁਰਦੁਆਰੇ ਹੈਗੀ ਜਗ੍ਹਾ, ਉੱਥੋਂ ਲੈ ਆਉਂਦੇ ਨਾਲ ਗਿਆ ਤੇਰੇ। ਕਿੱਥੋਂ ਤੱਕ ਆਇਆ ਸੀ? ਬਾਹਰ ਤੱਕ ਆਇਆ ਸੀ, ਇੱਥੇ ਖਲੋਤਾ ਸੀ ਮੋਟਰਸਾਈਕਲ ਤੇ, ਤੂੰ ਅੰਦਰੋਂ ਕੱਢ ਕੇ ਖੜੀ। ਦੱਸ ਦੇਈਏ ਕਿ ਮੁਲਜ਼ਮ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਚੋਰੀ ਦੇ ਇਲਜ਼ਾਮ ਤਹਿਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਧਰ ਇਸ ਮਾਮਲੇ 'ਚ ਪੁਲਿਸ ਵੱਲੋਂ ਵੀ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਸਾਥੀ ਨੂੰ ਵੀ ਜਲਦ ਗ੍ਰਿਫਤਾਰ ਕਰਨ ਦੀ ਗੱਲ ਆਖੀ ਗਈ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਪੰਜਾਬੀ ਲੋਕ ਚੈਨਲ।